ਅਮਨਦੀਪ ਡਰ ਨਹੀਂ ਲੱਗਦਾ ਭਾਖੜਾ ਛਾਲ ਮਾਰਨ ਤੋਂ? ਮਾੜਾ ਜਿਹਾ ਲੱਗਦਾ ਜੀ, ਫਿਰ ਉਹ ਆ ਜਾਂਦਾ। ਜ਼ਿੰਦਗੀ ਨਾਲੋਂ ਵੱਧ ਇੰਟਰਟੇਨਮੈਂਟ ਹੁੰਦਾ ਕਿਤੇ? ਪਰ ਇਹ ਤਾਂ ਹੁਣ ਮੌਕਾ ਹੀ ਦੱਸਿਆ ਜੀ, ਇਹ ਤਾਂ ਜ਼ਿੰਦਗੀ ਉੱਪਰ ਵਾਲੇ ਦੀ ਆਈ। ਕੀ ਹੋ ਗਈ ਅੱਜ ਐਡਾ ਵਧੀਆ ਖੁਸ਼ੀ ਦਾ ਮਾਹੌਲ ਹੈ ਤੇ ਤੁਸੀਂ ਇਸ ਨੂੰ ਕਿਉਂ ਗਮਗੀਨ ਕਰਨਾ ਚਾਹੁੰਦੇ ਹੋ? ਵੈਸੇ ਇੰਜੋਏ ਕਰ ਲਈਦਾ ਜੀ, ਆਪਣਾ ਕਾਰਾ ਕਰਕੇ ਨਿਕਲ ਜਾਂਦੇ ਆ ਤੇ ਚਾਹੀਦਾ ਨਹੀਂ ਕਿ ਡਿਊਟੀ ਆਪਾਂ ਹੋਰ ਮੁਸਤੈਦੀ ਨਾਲ। ਬਿਲਕੁਲ ਜੀ, ਡਿਊਟੀ ਮੁਸਤੈਦੀ ਨਾਲ ਕਰ ਰਹੇ ਆ, ਇਹਨੂੰ ਹਟਾ ਰਹੇ ਆ, ਅਸੀਂ ਇਸ ਪੁਆਇੰਟ ਤੇ ਖੜੇ ਆ। ਇੱਥੇ ਕਿਸੇ ਨੇ ਰੋਕਿਆ ਨਹੀਂ, ਕੋਈ ਪੁਲਿਸ ਅਧਿਕਾਰੀ ਆ ਕਿਸੇ ਹੋਰ? ਕੋਈ ਨਹੀਂ ਰੋਕਦਾ, ਉਹ ਤਾਂ ਪੁਲਿਸ ਵਾਲੇ ਟੁੱਕੇ ਲਾ ਰਹੇ ਨੇ। ਪਾਣੀ ਸਪੀਡ ਆ ਉਹ ਕਿੰਨੀ ਆ ਪਤਾ? ਸਪੀਡ ਮਾਰੇ ਨਾਰਮਲ ਹੀ ਆ, ਵੈਸੇ ਇਸ ਟਾਈਮ ਤਾਂ ਨਾਰਮਲ ਹੈ। ਬੰਦਾ ਡੁੱਬ ਸਕਦਾ ਕਿ ਨਹੀਂ? ਡੁੱਬ ਸਕਦਾ ਜੀ। ਆਪਣੀ ਜ਼ਿੰਦਗੀ ਦਾ ਤੁਸੀਂ ਰਿਸਕ ਲੈ ਕੇ ਪਾਣੀ ਦੇ ਵਿੱਚ ਨਹਾ ਰਹੇ ਹੋ, ਘਰੇ ਪਾਣੀ ਨਹੀਂ ਨਹਾਉਣ ਨੂੰ? ਹੈਗਾ ਜੀ, ਘਰੇ ਇੰਨਾ ਮਜ਼ਾ ਨਹੀਂ ਆ ਰਿਹਾ ਜੀ। ਪਟਿਆਲਾ ਸ਼ਹਿਰ ਦੇ ਵਿੱਚ ਅੱਜ ਗਣਪਤੀ ਵਿਸਰਜਨ ਦਾ ਅਖੀਰਲਾ ਦਿਨ ਹੈ ਤੇ ਬਹੁਤ ਹੀ ਜ਼ਿਆਦਾ ਧੂਮਧਾਮ ਨਾਲ ਪਟਿਆਲਾ ਸ਼ਹਿਰ ਇਸ ਤਿਉਹਾਰ ਨੂੰ ਮਨਾ ਰਿਹਾ। ਤੁਸੀਂ ਦੇਖਿਆ ਪਟਿਆਲਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚੋਂ ਅੱਜ ਭਾਖੜਾ ਦੇ ਉੱਤੇ ਲੋਕ ਵਿਸਰਜਨ ਕਰਨ ਲਈ ਪਹੁੰਚੇ ਆ ਤੇ ਬਹੁਤ ਹੀ ਮਨਮੋਹਕ ਜਿਹੜੀਆਂ ਮੂਰਤੀਆਂ ਸੀ 10-11 ਦਿਨ ਤੋਂ ਲੋਕ ਇਹਨਾਂ ਨੂੰ ਘਰ ਦੇ ਵਿੱਚ ਰੱਖ ਕੇ ਇਹਨਾਂ ਦੀ ਪੂਜਾ ਅਰਚਨਾ ਵੰਦਨਾ ਕਰ ਰਹੇ ਸੀ ਔਰ ਅੱਜ ਪੂਰੀ ਵਿਧੀ ਪੂਰਵਕ ਇਹਨਾਂ ਨੂੰ ਭਾਖੜਾ ਦੇ ਵਿੱਚ ਲਿਆ ਕੇ ਵਿਸਰਜਨ ਕੀਤਾ ਜਾ ਰਿਹਾ। ਸੋ ਹਰ ਵਰਗ, ਹਰ ਮਾਹੌਲ, ਹਰ ਥਾਂ ਤੋਂ ਇੱਥੇ ਲੋਕ ਪਹੁੰਚੇ ਹੋਏ ਨੇ, ਭਗਤ ਜਨ ਪਹੁੰਚੇ ਹੋਏ ਤੇ ਗਿਨੇ ਗਣੇਸ਼ ਜੀ ਦਾ ਇੱਥੇ ਵਿਸਰਜਨ ਹੋ ਰਿਹਾ। ਆਓ ਦੇਖਦੇ ਹਾਂ ਇਸ ਦੇ ਉੱਤੇ ਇੱਕ ਰਿਪੋਰਟ। ਤਸਵੀਰਾਂ ਨੇ ਪਟਿਆਲਾ ਕੋਲ ਭਾਖੜਾ ਨਹਿਰ ਦੀਆਂ, ਜਿੱਥੇ ਬੀਤੀ ਸ਼ਾਮ ਬੜੀ ਧੂਮਧਾਮ ਦੇ ਨਾਲ ਗਣਪਤੀ ਵਿਸਰਜਨ ਕੀਤਾ ਗਿਆ। ਗਣਪਤੀ ਬੱਪਾ ਮੋਰਿਆ ਦੇ ਨਾਰੇ ਸਾਰੇ ਪਾਸੇ ਗੂੰਜ ਉੱਠੇ, ਜਿੱਥੇ ਇੱਕ ਪਾਸੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤੇ ਉਸੇ ਦੇ ਵਿਚਾਲੇ ਸਾਡੇ ਪੱਤਰਕਾਰ ਨੂੰ ਮੌਤ ਦੇ ਖੇਡ ਦਾ ਜੋ ਮੰਜ਼ਰ ਵੇਖਣ ਨੂੰ ਮਿਲਿਆ ਉਹ ਵੀ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਉਹ ਹੈਰਾਨ ਕਰ ਦੇਣ ਵਾਲਾ ਸੀ। ਜਿੱਥੇ ਇੱਕ ਪਾਸੇ ਤੁਸੀਂ ਦੇਖੋ ਭਾਖੜਾ ਨਹਿਰ ਦਾ ਵਹਾਅ ਕਿੰਨਾ ਤੇਜ਼ ਹੈ, 30 ਫੁੱਟ ਤੋਂ ਵੱਧ ਪਾਣੀ ਕਰੀਬ 70-80 ਦੀ ਰਫ਼ਤਾਰ ਨਾਲ ਵਗ ਰਿਹਾ ਤੇ ਨੌਜਵਾਨ ਬੇਖੌਫ ਹੋਏ ਇਸ ਪਾਣੀ 'ਚ ਛਾਲਾ ਮਾਰ ਰਹੇ ਨੇ, ਜਾਨਾਂ ਦਾਅ ਤੇ ਲਾ ਰਹੇ ਨੇ, ਉਹ ਵੀ ਮਹਿਜ਼ ਮਜ਼ੇ ਦੇ ਲਈ। ਇਹ ਕਹਿਣਾ ਖੁਦ ਇਹਨਾਂ ਨੌਜਵਾਨਾਂ ਦਾ ਸੀ। ਕੀ ਹੋ ਗਈ ਅੱਜ ਐਡਾ ਵਧੀਆ ਖੁਸ਼ੀ ਦਾ ਮਾਹੌਲ ਹੈ ਤੇ ਤੁਸੀਂ ਇਸ ਨੂੰ ਕਿਉਂ ਗਮਗੀਨ ਕਰਨਾ ਚਾਹੁੰਦੇ ਹੋ? ਵੈਸੇ ਇੰਜੋਏ ਕਰ ਲਈਦਾ ਜੀ। ਜੀ ਹਾਂ, ਹੁਣ ਆਓ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਪੱਤਰਕਾਰ ਕੋਲ, ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨਾਲ ਗੱਲ ਕੀਤੀ। ਇਹਨਾਂ ਲਈ ਮਾਪਿਆਂ ਦੀ ਚਿੰਤਾ, ਪਾਣੀ ਦਾ ਵਹਾਅ ਤੇ ਛਾਲਾ ਮਾਰਨੀਆਂ ਤਮਾਮ ਚੀਜ਼ਾਂ ਮਜ਼ਾਕ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ। ਇੱਥੇ ਨਾ ਆ ਰਹੇ ਕੁਛ ਨੌਜਵਾਨ ਨੂੰ ਪੁੱਛਦੇ ਆ। ਹਾਂਜੀ, ਕੀ ਨਾਮ ਹੈ ਤੁਹਾਡਾ? ਅਮਨਦੀਪ ਸਿੰਘ ਜੀ। ਅਮਨਦੀਪ, ਡਰ ਨਹੀਂ ਲੱਗਦਾ ਭਾਖੜਾ ਛਾਲ ਮਾਰਨ ਤੋਂ? ਮਾੜਾ ਜਿਹਾ ਲੱਗਦਾ ਜੀ, ਫਿਰ ਉਹ ਆ ਜਾਂਦਾ। ਜ਼ਿੰਦਗੀ ਨਾਲੋਂ ਵੱਧ ਇੰਟਰਟੇਨਮੈਂਟ ਹੁੰਦਾ ਕਿਤੇ? ਪਰ ਇਹ ਤਾਂ ਹੁਣ ਮੌਕਾ ਹੀ ਦੱਸਿਆ ਜੀ, ਇਹ ਤਾਂ ਜ਼ਿੰਦਗੀ ਉੱਪਰ ਵਾਲੇ ਦੀ ਆਈ। ਉੱਪਰ ਵਾਲੇ ਦੀ ਹੈ ਤੇ ਘਰਦਿਆਂ ਨੂੰ ਦੁੱਖ ਹੋਊਗਾ ਜੇ ਤੁਸੀਂ ਡੁੱਬ ਕੇ ਕਿਸ ਹੋ ਗਿਆ। 19 ਕੀ ਹੋ ਗਈ ਅੱਜ ਐਡਾ ਵਧੀਆ ਖੁਸ਼ੀ ਦਾ ਮਾਹੌਲ ਹੈ ਤੇ ਤੁਸੀਂ ਇਸ ਨੂੰ ਕਿਉਂ ਗਮਗੀਨ ਕਰਨਾ ਚਾਹੁੰਦੇ ਹੋ? ਵੈਸੇ ਇੰਜੋਏ ਕਰ ਲਈਦਾ ਜੀ। ਇਹ ਕੈਸਾ ਇੰਜੋਏ ਹੈ ਜਿਹੜਾ ਜ਼ਿੰਦਗੀ ਦੀ ਬਾਜ਼ੀ ਲਗਾ ਕੇ ਖੇਡਿਆ ਜਾਵੇ? ਤਾਂ ਹੁਣ ਮੌਕੇ ਦਾ ਪਤਾ ਲੱਗੇ ਜੀ।
ਤੇ ਥੋੜਾ ਬਹੁਤਾ ਖਿਆਲ ਕਰਨਾ ਚਾਹੀਦਾ ਤੁਹਾਨੂੰ। ਇੱਥੇ ਕਿਸੇ ਨੇ ਰੋਕਿਆ ਨਹੀਂ, ਕੋਈ ਪੁਲਿਸ ਅਧਿਕਾਰੀ ਆ ਕਿਸੇ ਹੋਰ ਨੇ, ਕੋਈ ਨਹੀਂ ਰੋਕਦਾ ਉਰੇ, ਤਾਂ ਆਪ ਪੁਲਿਸ ਵਾਲੇ ਡੁੱਕੀਆਂ ਲਾ ਰਹੇ ਨੇ। ਬੜਾ ਹੀ ਮਖੌਲੀ ਤਰੀਕਾ ਇਹਨਾਂ ਦਾ ਜਵਾਬ ਸੀ, ਕਿਉਂਕਿ ਜ਼ਿੰਦਗੀ ਨੂੰ ਮੌਤ ਨੂੰ ਇਹ ਮਖੌਲੀ ਸਮਝਦੇ ਅੱਜ ਦੀ ਨੌਜਵਾਨ ਪੀੜ੍ਹੀ ਹੈ। ਪਰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ, ਕਿਉਂਕਿ ਘਰਦਿਆਂ ਨੂੰ ਬੜੀ ਫਿਕਰ ਹੁੰਦੀ ਹੈ। ਇੱਧਰ ਇੱਕ ਨੌਜਵਾਨ ਖੜੇ ਨੇ, ਇਹ ਵੀ ਛਾਲ ਮਾਰ ਕੇ ਨਿਕਲ ਗਿਆ। ਹਾਂਜੀ, ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਗੋਪੀ ਜੀ, ਕਿੱਥੋਂ ਆਏ ਹੋ? ਪਟਿਆਲੇ ਤੋਂ ਜੀ, ਤੋਪਖਾਨਾ ਮੋੜ ਤੋਂ। ਤੋਪਖਾਨਾ ਮੋੜ ਤੋਂ ਤੁਸੀਂ ਵੀ ਗਣੇਸ਼ ਵਿਸਰਜਨ ਕਰਨ ਆਏ ਹੋਵੋਗੇ, ਤੁਸੀਂ ਵੀ ਫਿਰ ਨਦੀ ਛਾਲ ਮਾਰੀ? ਮਾਰੀ ਸੀ ਇੱਕ ਅੱਧੀ ਵਾਰ, ਬਸ ਹੋਏ ਵਿਸਰਜਨ ਕਰਕੇ ਬਾਹਰ ਆ ਗਏ ਜੀ। ਅੱਛਾ, ਕਿਉਂ ਇਸ ਤਰ੍ਹਾਂ ਡਰ ਨਹੀਂ ਲੱਗਦਾ ਤੁਹਾਨੂੰ ਛਾਲ ਮਾਰਦੇ ਹੋਏ? ਬੈਚੀ ਵੈਸੇ ਮੈਂ ਸਵਿੰਗ ਕੀਤੀ ਹੋਈ ਹੈ ਜੀ, ਇਸ 'ਚ ਤਾਂ ਕੋਈ ਡਰ ਨਹੀਂ ਆਪਾਂ ਨੂੰ। ਆਪਾਂ ਨੂੰ ਬਾਕੀ ਤਾਂ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਜੀ। ਤੁਹਾਨੂੰ ਪਤਾ ਵੀ ਇਸ ਪਾਖੜਾ ਦੀ ਗਹਿਰਾਈ ਕਿੰਨੀ ਹੈ, ਸਪੀਡ ਕਿੰਨੀ ਹੈ। ਜਿਹੜੀ ਸਵਿਮਿੰਗ ਹੁੰਦੀ ਹੈ, ਸਵਿਮਿੰਗ ਪੂਲ ਦੇ ਵਿੱਚ ਪਾਣੀ ਖੜਾ ਹੁੰਦਾ, ਇੱਥੇ ਪਾਣੀ ਦੀ ਗਤੀ ਹੈ 80 ਤੋਂ ਵੱਧ ਦੀ ਗਤੀ ਹੈ। ਔਰ ਡੂੰਘਾਈ ਪਤਾ ਕਿੰਨੀ ਹੈ? ਪਤਾ ਜੀ 15 ਵੀ ਹੈ, 20 ਫੁੱਟ ਆਈ, 20 ਫੁੱਟ ਆਈ ਇਹ ਲੜਾਈ 'ਚ ਜਾ ਰਹੀ ਹੈ ਜੀ ਇੱਕ ਤਰਫ ਦੀ। ਇਹ ਘੱਟੋ ਘੱਟ 30 ਤੋਂ 32 ਫੁੱਟ ਦੀ ਡੂੰਘੀ ਪਾਖੜਾ, 28 ਨਹੀਂ 30 ਤੋਂ 32 ਫੁੱਟ ਡੂੰਘੀ ਹੈ ਇਸ ਪਾਖੜਾ ਦਾ। ਅਤੇ ਜਿਹੜੀ ਪਾਣੀ ਦੀ ਸਪੀਡ ਹੈ ਉਹ ਕਿੰਨੀ ਹੈ ਪਤਾ? ਸਪੀਡ ਮਾਰੇ ਨੋਰਮਲ ਹੀ ਹੈ, ਵੈਸੇ ਤਾਂ ਇਸ ਟਾਈਮ ਤਾਂ ਨੋਰਮਲ ਹੈ। ਬੰਦਾ ਡੁੱਬ ਸਕਦਾ ਕਿ ਨਹੀਂ? ਡੁੱਬ ਸਕਦਾ ਜੀ। ਬੜਾ ਵਧੀਆ, ਖੁਸ਼ੀ ਦਾ ਮਾਹੌਲ ਹੈ, ਇਸ ਨੂੰ ਖੁਸ਼ੀ ਨੂੰ ਖੁਸ਼ੀ 'ਚ ਰਹਿਣ ਦਿਓ। ਖੁਸ਼ੀ ਹੈ, ਅੱਗੇ ਤੋਂ ਧਿਆਨ ਰੱਖੋਗੇ? ਯੈਸ ਸਰ। ਅਤੇ ਬਾਕੀ ਦੋਸਤਾਂ ਨੂੰ ਕੀ ਕਹਿਣਾ ਚਾਹੋਗੇ? ਇਹੀ ਹੈ, ਪਾਖੜਾ 'ਚ ਨਾ ਹੋਈ, ਘਰੇ ਪਾਣੀ ਹੈਗਾ, ਪਾਣੀ 'ਚ ਨਾ ਲਓ ਜੀ। ਉੱਥੇ ਇੰਨਾ ਹੀ ਨਹੀਂ, ਦੂਜੇ ਪਾਸੇ ਨਜ਼ਾਰਾ ਵੀ ਦੇਖੋ, ਜਿੱਥੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ ਅਤੇ ਨਾਲ ਹੀ ਤੁਸੀਂ ਦੇਖੋ ਨੌਜਵਾਨ ਤਿਆਰ ਬੈਠੇ ਨੇ ਨਹਿਰ 'ਚ ਛਾਲਾਂ ਮਾਰਨ ਨੂੰ। ਪਰ ਉਹਨਾਂ ਨੂੰ ਰੋਕਣ ਲਈ ਅਧਿਕਾਰੀ ਕੁਝ ਖਾਸ ਕਰਦੇ ਨਜ਼ਰ ਨਹੀਂ ਆਏ। ਦੇਖ ਰਹੇ ਹੋ ਕਿਸ ਤਰ੍ਹਾਂ ਨੌਜਵਾਨ ਛਾਲਾਂ ਮਾਰ ਰਹੇ, ਤੁਸੀਂ ਇਹਨਾਂ ਨੂੰ ਰੋਕ ਕਿਉਂ ਨਹੀਂ ਰਹੇ ਜੀ? ਇਹ ਜੀ ਡਿਊਟੀ ਲੱਗੀ ਹੈ ਸਾਡੀ, ਅਸੀਂ ਕਰ ਰਹੇ ਹਾਂ, ਇਹਨਾਂ ਨੂੰ ਰੋਕ ਰਹੇ ਹਾਂ। ਪਹਿਲਾਂ ਇਹ ਆਪਣੇ ਲੈਵਲ 'ਤੇ ਲੱਗੇ ਨੇ, ਹੁਣ ਹਟਾ ਰਹੇ ਹਾਂ ਇਹਨਾਂ ਨੂੰ। ਇਸ ਨਾਲ ਜਾਨ ਜਾ ਸਕਦੀ ਕਿਸੇ ਦੀ? ਬਿਲਕੁਲ ਜੀ, ਜਾਨ ਕਿਉਂ ਨਹੀਂ ਜਾ ਸਕਦੀ? ਮੈਨੂੰ ਲੱਗ ਰਿਹਾ ਕਿਤੇ ਨਾ ਕਿਤੇ ਪ੍ਰਸ਼ਾਸਨ ਇਹਦੇ ਢਿੱਲੇ ਗੁਜ਼ਾਰੀ ਕਰ ਰਿਹਾ। ਦੇਖੋ ਨੌਜਵਾਨ ਹੁਣ ਵੀ ਤਿਆਰ ਖੜੇ ਛਾਲਾਂ ਮਾਰਨ ਨੂੰ, ਇਹਨਾਂ ਨੂੰ ਪੁਲਿਸ ਦਾ ਡਰ ਨਹੀਂ ਹੈ? ਬਿਲਕੁਲ ਡਰ ਕਿਉਂ ਨਹੀਂ ਹੈਗਾ, ਡਰ ਨੂੰ, ਡਰ ਤੋਂ ਬਗੈਰ ਤਾਂ ਇਹਨਾਂ ਦਾ ਕਿਵੇਂ ਕੰਮ ਨਹੀਂ ਚੱਲੂਗਾ। ਜਦੋਂ ਕੋਈ ਅਣਸੁਆਖੀ ਘਟਨਾ ਹੋ ਜਾਏਗੀ ਤੇ ਪੁਲਿਸ ਤੇ ਵੀ ਇਲਜ਼ਾਮ ਲੱਗਦੇ ਆ ਤੇ ਇਹਨਾਂ ਦੇ ਮਾਂ ਬਾਪ ਵੀ ਦੁਖੀ ਹੁੰਦੇ ਆ। ਇਹ ਤਾਂ ਆਪਣਾ ਕਾਰਾ ਕਰਕੇ ਨਿਕਲ ਜਾਂਦੇ ਆ, ਤੇ ਚਾਹੀਦਾ ਨਹੀਂ ਕਿ ਡਿਊਟੀ ਆਪਾਂ ਹੋਰ ਮੁਸਤੈਦੀ ਨਾਲ ਕਰੀਏ? ਬਿਲਕੁਲ ਜੀ, ਡਿਊਟੀ ਮੁਸਤੈਦੀ ਨਾਲ ਕਰ ਰਹੇ ਆ, ਇਹਨੂੰ ਹਟਾ ਰਹੇ ਆ, ਅਸੀਂ ਇਸ ਪੁਆਇੰਟ ਤੇ ਖੜੇ ਆ। ਖੈਰ, ਦੂਜੇ ਪਾਸੇ ਸਾਡੇ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਨ ਵਾਲੇ ਆਰਮੀ ਫੌਜ ਦੇ ਜਵਾਨਾਂ ਵੱਲੋਂ ਵੀ ਗਣਪਤੀ ਬੱਪਾ ਮੌਰਿਆ ਦੇ ਨਾਅਰਿਆਂ ਵਿਚਾਲੇ ਗਣਪਤੀ ਵਿਸਰਜਨ ਬੜੀ ਧੂਮਧਾਮ ਦੇ ਨਾਲ ਕੀਤਾ ਗਿਆ। ਜਿੱਥੇ ਇੱਕ ਪਾਸੇ ਵੀਰਵਾਰ ਸ਼ਾਮ ਨੂੰ ਬੜੀ ਧੂਮਧਾਮ ਦੇ ਨਾਲ ਪਟਿਆਲਾ 'ਚ ਗਣਪਤੀ ਵਿਸਰਜਨ ਕੀਤਾ ਗਿਆ, ਉਸ ਦੇ ਵਿਚਾਲੇ ਹੀ ਕਈ ਨੌਜਵਾਨ ਮਹਿਜ਼ ਮਨੋਰੰਜਨ ਲਈ ਆਪਣੀਆਂ ਜਾਨਾਂ ਖਤਰੇ 'ਚ ਪਾਉਂਦੇ ਨਜ਼ਰ ਆਏ। ਮਾਪਿਆਂ ਦੀਆਂ ਫਿਕਰਾਂ, ਜਾਨਾਂ ਦੀ ਪਰਵਾਹ ਤੇ ਪੁਲਿਸ ਪ੍ਰਸ਼ਾਸਨ ਮਹਿਜ਼ ਮਜ਼ਾਕ ਸੀ ਇਹਨਾਂ ਨੌਜਵਾਨਾਂ ਲਈ, ਜਿਸ ਦੇ ਕਾਰਨ ਕੋਈ ਅਣਸੁਖਾਵੀਂ ਘਟਨਾ ਵੀ ਇੱਥੇ ਸ਼ਰੇਆਮ ਦਿਖਦਾ ਸੀ ਕਿ ਵਾਪਰ ਸਕਦੀ ਸੀ। ਪਰ ਖੈਰ ਰਹੀ ਕਿ ਅਜਿਹਾ ਕੁਝ ਨਹੀਂ ਹੋਇਆ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। Pyramid ਵੀਜ਼ਾ, ਇੱਕ ਵਧੀਆ ਜ਼ਿੰਦਗੀ।